ਦੇਖੋ ਸ਼ਹੀਦ ਸੁਖਜਿੰਦਰ ਸਿੰਘ ਫੌਜਰੀ ਬਰਸੀ ਤੇ ਕਿਸ ਵੱਲੋਂ ਦਿੱਤਾ ਗਿਆ ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅੱਜ ਸ਼ਹੀਦ ਫੌਜੀ ਸੁਖਜਿੰਦਰ ਸਿੰਘ ਤਤਲ ਦੀ ਬਰਸੀ ਤੇ ਪੰਜਾਬ ਸਰਕਾਰ ਵੱਲੋਂ ਤਰਨ ਤਾਰਨ ਦੇ ADCP ਸੁਰਿੰਦਰ ਸਿੰਘ ਵੱਲੋਂ ਸ਼ਹੀਦ ਫੌਜੀ ਦੀ ਪਤਨੀ ਸਰਬਜੀਤ ਕੌਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ADCP ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੁਖਜਿੰਦਰ ਸਿੰਘ ਫੌਜ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਉਸ ਸਮੇਂ ਪੰਜਾਬ ਸਰਕਾਰ ਵੱਲੋਂ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ, ਜੋ ਅੱਜ ਵਾਅਦਾ ਪੂਰਾ ਕਰਦਿਆਂ ਹੋਇਆਂ ਸਰਕਾਰ ਵੱਲੋਂ ਬਾਕੀ ਰਹਿੰਦੇ 5 ਲੱਖ ਰੁਪਏ ਦਾ ਚੈੱਕ ਸ਼ਹੀਦ ਫੌਜੀ ਦੀ ਪਤਨੀ ਸਰਬਜੀਤ ਕੌਰ ਨੂੰ ਦਿੱਤਾ ਗਿਆ ਹੈ। ਅੱਜ ਜਿਹੜਾ ਹੈਗਾ ਸ਼ਹੀਦ ਸੁਖਜਿੰਦਰ ਸਿੰਘ, ਇਹਨਾਂ ਨੇ ਪਹਿਲੀ ਬਰਸੀ ਹੈਗੀ ਹੈ। ਪਿਛਲੇ ਸਾਲ ਪੁਲਵਾਮਾ 'ਚ ਜਿਹੜਾ ਹਮਲਾ ਹੋਇਆ ਸੀ, ਸ਼ਹੀਦ ਹੋਏ ਸਨ, ਅਤੇ ਅੱਜ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਮੈਂ ਪਰਿਵਾਰ ਨੂੰ ਮਿਲਣ ਆਇਆ, ਅਤੇ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੂੰ ਅਸੀਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੀ ਮੌਕੇ 'ਤੇ ਜਿਹੜੀ ਮਾਲੀ ਸਹਾਇਤਾ ਸੀ 5 ਲੱਖ ਰੁਪਏ ਦੇ ਦਿੱਤੀ ਸੀ। ਉਸ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਨੂੰ, ਜਿਹੜਾ ਫਾਦਰ ਅਤੇ ਮਦਰ ਦੋਨਾਂ ਨੂੰ 1-1 ਲੱਖ ਰੁਪਇਆ ਮਿਲਣਾ ਸ਼ੁਰੂ ਵੀ ਦਿੱਤਾ ਜਾ ਚੁੱਕਾ ਹੈ, ਅਤੇ ਜਿਹੜਾ ਅੱਜ ਜਿਹੜੀ ਬਾਕੀ ਰਾਸ਼ੀ ਸੀਗੀ ਸਾਡੀ 5 ਲੱਖ ਰੁਪਇਆ, ਇਹ ਲੀਵ ਆਫ ਲੈਂਡ ਜਿਹੜੀ ਦੇਣੀ ਸ਼ੁਰੂ ਵੀ ਦੇ ਦਿੱਤੀ ਗਈ ਹੈ। ਅਤੇ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਨੌਕਰੀ ਦਾ ਸਵਾਲ ਹੈ, ਨੌਕਰੀ ਇਹਨਾਂ ਨੂੰ ਮਿਲਣੀ ਹੈਗੀ ਹੈ। ਪਹਿਲਾਂ ਇਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਨੌਕਰੀ ਜਿਹੜੀ ਬੇਟੇ ਲਈ ਰਾਖਵੀਂ ਰੱਖੀ ਜਾਏ, ਪਰ ਬੇਟਾ ਅਜੇ ਛੋਟਾ ਹੈਗਾ, 1.5 ਸਾਲ ਦਾ ਹੈਗਾ, ਇਸੇ ਜੀ ਪ੍ਰੋਵੀਜ਼ਨ ਨਹੀਂ ਹੈਗੀ ਹੈ। ਉਹ ਬੇਟੀ ਨੂੰ ਜਿਹੜੀ ਹੈਗੀ ਨੌਕਰੀ ਮਿਲਣੀ ਹੈਗੀ ਹੈ, ਅਤੇ ਉਹਨਾਂ ਨੂੰ ਜਲਦ ਕਹਿ ਦਿੱਤਾ ਗਿਆ ਕਿ ਆਪਣੇ ਜਿਹੜੇ ਡਾਕੂਮੈਂਟ ਸਬਮਿਟ ਕਰਨ, ਅਤੇ ਬਹੁਤ ਜਲਦੀ ਜਿਹੜੀ ਨੌਕਰੀ ਉਹਨਾਂ ਨੂੰ ਦੇ ਦਿੱਤੀ ਜਾਏਗੀ। ਸਹੂਲਤਾਂ ਉਹਨਾਂ ਨੇ ਕਿਹਾ ਸੀ 12 ਲੱਖ ਰੁਪਇਆ, ਹੁਣ ਤੱਕ ਉਹ ਸਾਰੀ ਰਾਸ਼ੀ ਅੱਜ ਪਹੁੰਚ ਗਈ ਆ। 5 ਲੱਖ ਰੁਪਇਆ ਭੋਗ 'ਤੇ ਦਿੱਤਾ ਗਿਆ ਸੀ, ਉਸ ਤੋਂ ਬਾਅਦ 1-1 ਲੱਖ ਰੁਪਇਆ ਉਹਨਾਂ ਨੇ ਅਕਾਊਂਟ ਦੇ ਵਿੱਚ ਮਾਤਾ ਪਿਤਾ ਦੇ ਭੇਜਿਆ ਸੀ, ਅਤੇ 5 ਲੱਖ ਦਾ ਅੱਜ ADC ਸਾਹਿਬ ਮਾਨਯੋਗ ਸੁਰਿੰਦਰ ਸਿੰਘ ਜੀ ਉਹ ਜਿਹੜਾ ਬਤੌਰ ਚੈੱਕ ਦੇ ਗਏ ਆ। ਜੋ ਮਾਲ ਜਿਹੜੀ ਰਾਸ਼ੀ ਦੀ ਉਹ ਵੀ ਮਤਲਬ ਉਹਨਾਂ ਨੇ ਵਾਅਦਾ ਜਿਹੜਾ ਪੂਰਾ ਕੀਤਾ, ਜਿਹੜੀ ਜੋਬ ਦੀ ਗੱਲ ਉਹ ਤੱਕ ਸਾਹਮਣੇ ਉਹਨਾਂ ਨੇ ਕਹਿ ਕੇ ਗਿਆ ਕਿ ਆਪਣੇ ਡਾਕੂਮੈਂਟ ਹਾਜ਼ਰ ਕਰਨ, ਅਤੇ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੂੰ ਜਿਹੜੀ ਉਹ ਜੋਬ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਦਿੱਤੀ ਜਾਊਗੀ। ਤੁਹਾਡੇ ਹੋਰ ਕੀ ਮੰਗ ਹੈ ਵੀ ਤੁਹਾਡੇ ਜਿਹੜਾ ਇਸ ਤੋਂ ਇਲਾਵਾ ਘਰ ਦਾ ਪਰਿਵਾਰ ਦਾ ਕਿਸ ਤਰ੍ਹਾਂ ਰੁਜ਼ਗਾਰ ਚੱਲੂਗਾ, ਉਹਦੇ ਬਾਰੇ ਕੀ ਕਹਿ ਰਹੇ ਜੀ ਤੁਸੀਂ? ਬਸ ਇਹ ਰਿਕੁਐਸਟ ਹੀ ਹੈ, ਸਰਕਾਰ ਨੂੰ ਰਿਕੁਐਸਟ ਆ। ਸਾਬਕਾ MP ਬ੍ਰਹਮਪੁਰਾ ਸਾਹਿਬ ਉਹਨਾਂ ਨੇ 20 ਲੱਖ ਰੁਪਈਆ ਸਟੇਡੀਅਮ ਵਾਸਤੇ ਦਿੱਤਾ ਸੀ, ਉਹ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਜਾਂ ਹੁਣ ਮੌਜੂਦਾ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ, ਨਾ ਕਿ ਉਹਨਾਂ ਨੇ ਪੈਸਾ ਦਿੱਤਾ ਸਟੇਡੀਅਮ ਵਾਸਤੇ। ਸਟੇਡੀਅਮ ਦਾ ਜਿਹੜਾ ਕੰਮ ਉਹ ਚੱਲ ਰਿਹਾ ਵਾ, ਉਹ ਉਹਨਾਂ ਪੈਸਿਆਂ 'ਤੇ ਚੱਲ ਰਿਹਾ, ਉਹ ਜਿਹੜਾ ਸਾਬਕਾ MP ਬ੍ਰਹਮਪੁਰਾ ਸਾਹਿਬ ਨੇ ਦਿੱਤਾ ਸੀ ਉਹਨਾਂ ਪੈਸਿਆਂ 'ਤੇ ਜਿਹੜਾ ਕੰਮ ਚੱਲ ਰਿਹਾ। ਅਤੇ ਅਸੀਂ ਰਿਕੁਐਸਟ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਉਹ ਕੁਛ ਨਾ ਕੁਛ ਰਾਸ਼ੀ ਜਿਹੜੀ ਉਹ ਸਟੇਡੀਅਮ ਵਾਸਤੇ ਦਿੱਤੀ ਜਾਵੇ, ਤਾਂ ਕਿ ਇਹਦੀ 4 ਦੀਵਾਰੀ ਅਤੇ ਸਟੇਡੀਅਮ ਵਧੀਆ ਉਹਦੀ ਯਾਦ ਵਿੱਚ ਬਣਾਇਆ ਜਾਵੇ। ਕੋਈ ਸਪੈਸ਼ਲ ਪੈਕੇਜ ਨਹੀਂ ਹੈਗਾ, ਉਹ 99 ਦੇ ਵਿੱਚ 99 ਵਿੱਚ ਕਾਰਗਿਲ ਵਾਲੇ ਸ਼ਹੀਦਾਂ ਨੂੰ ਜਿਹੜਾ ਸੀਗਾ ਉਹ ਸਿੱਧੇ ਗੈਸ ਏਜੰਸੀਆਂ ਜਾਂ ਪੈਟਰੋਲ ਪੰਪ ਦਿੱਤੇ ਗਏ ਸੀਗੇ, ਪਰ ਹੁਣ ਸ਼ਹੀਦਾਂ ਵਾਸਤੇ 7% ਜਿਹੜਾ ਕੋਟਾ ਉਹ ਰਾਖਵਾਂ ਹੈਗਾ ਆ, ਉਹਦੇ ਵਿੱਚ ਅਪਲਾਈ ਕਰ ਸਕਦੇ ਆ। ਉਸ ਕੋਟੇ ਦੇ ਵਿੱਚ ਇਹਨਾਂ ਨੂੰ ਗੈਸ ਏਜੰਸੀ ਜਾਂ ਪੈਟਰੋਲ ਪੰਪ ਜੋ ਵੀ ਆ ਉਹ ਪ੍ਰਾਇਓਰਟੀ ਦੇ ਉੱਤੇ ਦਿੱਤਾ ਜਾਵੇਗਾ। ਸਰ, ਕੀ ਨੰਬਰ? ਗੁਰਪਿਆਰੇ, ਬਹੁਤ ਸਾਰੇ ਫੌਜੀ ਜਵਾਨ ਅਜਿਹੇ ਨੇ ਜੋ ਸਰਹੱਦਾਂ 'ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੁੰਦੇ ਨੇ, ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਰਕਾਰਾਂ ਵੱਲੋਂ ਬਹੁਤ ਵਾਅਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੇ ਜਾਂਦੇ ਨੇ, ਪਰ ਉਹਨਾਂ ਵਿੱਚੋਂ ਬਹੁਤ ਘੱਟ ਸਮਾਂ ਅਜਿਹਾ ਹੁੰਦਾ ਹੈ ਜਦੋਂ ਇਹ ਵਾਅਦੇ ਪੂਰੇ ਹੁੰਦੇ ਹੋਏ ਨਜ਼ਰ ਆਉਂਦੇ ਨੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿੱਦਾਂ ਸ਼ਹੀਦ ਸੁਖਜਿੰਦਰ ਸਿੰਘ ਫੌਜੀ ਦੇ ਪਰਿਵਾਰ ਦਾ ਸਾਥ ਦਿੱਤਾ ਗਿਆ, ਉਦਾਂ ਹੀ ਹਰ ਸ਼ਹੀਦ ਫੌਜੀ ਦੇ ਪਰਿਵਾਰ ਦਾ ਸਾਥ ਦਿੱਤਾ ਜਾਵੇ, ਤੇ ਉਹਨਾਂ ਦੇ ਪਰਿਵਾਰਾਂ ਦਾ ਤਾਂ ਉਮਰ ਧਿਆਨ ਰੱਖਿਆ ਜਾਵੇ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਮੀ ਮਹਿਸੂਸ ਨਾ ਹੋਵੇ, ਜਿਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਸਾਡੇ ਦੇਸ਼ ਦੀ ਰੱਖਿਆ ਵਾਸਤੇ ਵਾਰੇ ਨੇ।
ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਖੰਡਮਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।